ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿਗੁਰੂ ਕਲਾਸਿਸ ਦੀ ਔਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਟੂਡੈਂਟਸ ਸਟੂਡੈਂਟਸ ਅੱਜ ਆਪਾਂ ਮਾਡਰਨ ਹਿਸਟਰੀ ਦੀ ਸੀਰੀਜ਼ ਸ਼ੁਰੂ ਕਰਨੀ ਹੈ 1857 ਤੋਂ ਲੈ ਕੇ 1947 ਤੱਕ 1857 ਤੋਂ 1947 ਤੱਕ ਆਪਾਂ ਜਿਹੜੀ ਹਿਸਟਰੀ ਦੀ ਸਾਰੀ ਸੀਰੀਜ਼ ਕਵਰ ਕਰਾਵਾਂਗੇ ਔਰ ਉਹਦੇ ਵਿੱਚ ਜਿਹੜਾ ਇਹ ਹੈ ਕਿ ਤੁਹਾਨੂੰ ਅੰਡਰਸਟੈਂਡ ਹੋਣਾ ਚਾਹੀਦਾ ਹੈ ਕਿ 1857 ਤੋਂ ਹੀ ਕਿਉਂ ਸ਼ੁਰੂ ਕੀਤਾ ਜਾ ਰਿਹਾ ਰੀਜ਼ਨ ਇਹਦੇ ਪਿੱਛੇ ਇਹ ਹੈ ਕਿ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਜਿਵੇਂ BPSC ਦੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਤਾਂ ਐਗਜ਼ਾਮੀਨਰ ਕੀ ਕਰਦਾ ਸਪੈਸ਼ਲ ਰੈਫਰੈਂਸ ਦੇ ਕੇ ਚੱਲਦਾ ਹੈ ਕਿ ਅਸੀਂ ਹਿਸਟਰੀ ਨੂੰ 1857 ਤੋਂ ਲੈ ਕੇ 1947 ਤੱਕ ਹੀ ਕਵਰ ਕਰਾਂਗੇ ਦੈਟ ਇਜ਼ ਦਾ ਰੀਜ਼ਨ ਕਿ ਸਾਡਾ ਮੇਨ ਟਾਰਗੇਟ ਹੈ ਜਿਹੜਾ ਉਹ ਇਹੀ ਹੈ ਕਿ ਅਸੀਂ ਜਿਹੜੀ ਹੈ ਹਿਸਟਰੀ ਨੂੰ 1857 ਤੋਂ 1947 ਤੱਕ ਮਾਡਰਨ ਹਿਸਟਰੀ ਨੂੰ ਕਵਰ ਕਰਾਂਗੇ ਇਹਦੇ ਵਿੱਚ ਜਿਹੜਾ ਆਪਣਾ ਅੱਜ ਦਾ ਫਸਟ ਟੋਪਿਕ ਹੋਏਗਾ ਉਹ ਹੋਏਗਾ ਟੈਕਸ ਸਿਸਟਮ ਇਨ ਇੰਡੀਆ ਬਿਫੋਰ 1857 ਵੀ 1857 ਤੋਂ ਪਹਿਲਾਂ ਇੰਡੀਆ ਦੇ ਵਿੱਚ ਟੈਕਸ ਸਿਸਟਮ ਕੀ ਸੀ ਔਰ ਇਸ ਚੀਜ਼ ਦਾ ਬੜਾ ਗ੍ਰੇਟ ਇੰਪੈਕਟ ਹੈ ਜਿਹੜਾ ਫਸਟ ਵਾਰ ਆਫ ਇੰਡੀਪੈਂਡੈਂਸ ਹੈ 1857 ਦੀ ਹੁੰਦੇ ਤੇ ਆਪਾਂ ਟੋਪਿਕ ਸ਼ੁਰੂ ਕਰਦੇ ਹਾਂ ਜੀ ਪਲੀਜ਼ ਅਗਰ ਤੁਹਾਨੂੰ ਟੋਪਿਕ ਪਸੰਦ ਆਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹਾਂਜੀ ਦੇਖੋ ਕਿਹੜੇ ਕਿਹੜੇ ਸਿਸਟਮ ਸੀ ਫਸਟ ਸਿਸਟਮ ਦਾ ਨਾਮ ਹੈ ਪਰਮਾਨੈਂਟ ਸਿਸਟਮ ਪਰਮਾਨੈਂਟ ਸਿਸਟਮ ਹੈ ਜਿਹੜਾ ਉਸਨੂੰ ਇਸਤਮਰਾਈ ਸਿਸਟਮ ਔਰ ਸਨਸੈਟ ਰੂਲ ਵੀ ਕਹਿ ਦਿੰਦੇ ਹੈ ਸੈਕਿੰਡ ਸਿਸਟਮ ਹੈ ਰਿਓਤਵਾਰੀ ਸਿਸਟਮ ਰਿਓਤ ਮੀਨ ਕਲਟੀਵੇਟਰ ਹੁੰਦਾ ਹੈ ਆਪਾਂ ਪੂਰੀ ਡਿਟੇਲ 'ਚ ਡਿਸਕਸ ਕਰਦੇ ਹਾਂ ਔਰ ਥਰਡ ਸਿਸਟਮ ਹੈ ਮਹਿਲਵਾਰੀ ਸਿਸਟਮ ਪਰਮਾਨੈਂਟ ਸਿਸਟਮ ਹੈ ਰਿਓਤਵਾਰੀ ਸਿਸਟਮ ਹੈ ਤੇ ਮਹਿਲਵਾਰੀ ਸਿਸਟਮ ਹੈ ਹਾਂਜੀ ਫਸਟ ਹੈ ਲੈਂਡ ਰੈਵਨਿਊ ਸਿਸਟਮ ਹੈ ਜਿਹੜਾ ਫਸਟ ਸਿਸਟਮ ਦੀ ਆਪਾਂ ਗੱਲ ਕਰਦੇ ਹਾਂ ਲੈਂਡ ਰੈਵਨਿਊ ਸਿਸਟਮ ਜਿਹੜਾ ਫਸਟ ਹੈ ਫਸਟ ਸਿਸਟਮ ਹੈ ਜਿਹਦਾ ਨਾਮ ਹੈ ਪਰਮਾਨੈਂਟ ਸਿਸਟਮ ਫਸਟ ਸਿਸਟਮ ਲੈਂਡ ਰੈਵਨਿਊ ਸਿਸਟਮ ਦੇ ਵਿੱਚ ਫਸਟ ਹੈ ਪਰਮਾਨੈਂਟ ਸਿਸਟਮ ਪਰਮਾਨੈਂਟ ਸਿਸਟਮ ਹੈ ਜਿਹੜਾ ਉਹ ਕਿੱਥੇ ਕਿੱਥੇ ਲਗਾਇਆ ਗਿਆ ਸੀ ਪਰਮਾਨੈਂਟ ਸਿਸਟਮ ਹੈ ਜਿਹੜਾ ਉਹ ਲਗਾਇਆ ਗਿਆ ਸੀ ਬੰਗਾਲ ਬਿਹਾਰ ਤੇ ਉੜੀਸਾ ਨਾਉ ਇਮੈਜਿਨ ਕਿ ਜਿਹੜਾ ਬੰਗਾਲ ਬਿਹਾਰ ਉੜੀਸਾ ਇੰਡੀਆ ਦਾ ਈਸਟ ਹੈ ਤਾਂ ਬ੍ਰਿਟਿਸ਼ਰ ਨੇ ਟਾਰਗੇਟ ਕੀ ਕੀਤਾ ਕਿਉਂਕਿ ਸਭ ਤੋਂ ਪਹਿਲਾਂ ਬ੍ਰਿਟਿਸ਼ਰ ਦਾ ਜਿਹੜਾ ਅਧਿਕਾਰ ਆਇਆ ਕਬਜ਼ਾ ਆਇਆ ਉਹ ਕਿੱਥੇ ਆਇਆ ਉਹ ਆਇਆ ਬੰਗਾਲ 'ਤੇ ਤਾਂ ਉਹਨਾਂ ਨੇ ਮੇਨ ਟਾਰਗੇਟ ਕੀ ਕੀਤਾ ਕਿ ਅਸੀਂ ਕੀ ਕਰਦੇ ਹਾਂ ਈਸਟ ਵਾਲੀ ਸਾਈਡ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੇ ਹਾਂ ਤਾਂ ਉਹਨਾਂ ਨੇ ਆਪਣੇ ਟਾਰਗੇਟ ਨੂੰ ਪੂਰਾ ਕਰਨ ਲਈ ਈਸਟ ਵਾਲੀ ਸਾਈਡ 'ਤੇ ਸਿਸਟਮ ਇੱਕ ਲੈਂਡ ਰੈਵਨਿਊ ਸਿਸਟਮ ਲਗਾਇਆ ਜਿਸ ਨੂੰ ਉਹਨਾਂ ਨੇ ਨਾਮ ਦਿੱਤਾ ਪਰਮਾਨੈਂਟ ਸੈਟਲਮੈਂਟ ਇਸਤਮਰਾਈ ਔਰ ਸਨਸੈਟ ਰੂਲ ਕਿੱਥੇ ਲੱਗਣਾ ਹੈ ਪੁੱਛਿਆ ਜਾਂਦਾ ਹੁੰਦਾ ਅਕਸਰ ਐਗਜ਼ਾਮ ਦੇ ਵਿੱਚ ਕਿ ਕਿਹੜੀ ਕਿਹੜੀ ਜਗ੍ਹਾ 'ਤੇ ਲਗਾਇਆ ਗਿਆ ਤਾਂ ਬੰਗਾਲ ਬਿਹਾਰ ਉੜੀਸਾ ਅਤੇ ਮਦਰਾਸ ਅਤੇ ਨੋਰਥਨ ਪਾਰਟ ਦੇ ਵਿੱਚ ਹੁਣ ਤੁਹਾਨੂੰ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਮਦਰਾਸ ਕੀ ਹੈ ਤਾਂ ਅਗਰ ਮੇਰੀ ਇਸ ਵੀਡੀਓ ਨੂੰ ਸੁਣ ਰਹੇ ਹੋ ਤਾਂ ਤੁਸੀਂ ਮੈਨੂੰ ਦੱਸੋਗੇ ਕਿ ਮਦਰਾਸ ਦੇ ਵਿੱਚ ਟੋਟਲ ਕਿਹੜੇ ਕਿਹੜੇ ਏਰੀਏ ਆ ਜਾਂਦੇ ਸੀ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰ ਦਿਓ ਇਹਨੂੰ ਪਲੈਨ ਕਰਨ ਵਾਲਾ ਕੌਣ ਸੀ ਜੋਨ ਸ਼ੋਰ ਨੇ ਪਲੈਨ ਕੀਤਾ ਔਰ ਇਹਨੂੰ ਇੰਟਰੋਡਿਊਸ ਕਿਹਨੇ ਕੀਤਾ ਸੀ ਸਰ ਕੋਰਨਵਾਲਿਸ ਨੇ ਯਾਦ ਕਰਨਾ ਈਜ਼ੀ ਹੈ ਵੀ ਅਗਰ ਕੋਈ ਲੈਂਡ ਰੈਵਨਿਊ ਸਿਸਟਮ ਇੰਡੀਆ ਦੇ ਵਿੱਚ ਲਗਾਇਆ ਜਾ ਰਿਹਾ ਤਾਂ ਪਲੈਨਰ ਜਦੋਂ ਪਲੈਨ ਕਰ ਰਿਹਾ ਹੋਏਗਾ ਤਾਂ ਉਹਨੂੰ ਸ਼ੋਰ ਬੜਾ ਸੁਣਾਈ ਦੇਵੇਗਾ ਓਬੀਅਸ ਦੀ ਗੱਲ ਹੈ ਤਾਂ ਤੁਸੀਂ ਉੱਥੋਂ ਯਾਦ ਰੱਖ ਸਕਦੇ ਹੋ ਅੱਛਾ ਹੁਣ ਇਹਦੇ ਵਿੱਚ ਕੀ ਸੀ ਜਿਹੜੇ ਕੁਝ ਪੁਆਇੰਟ ਹੈ ਤੁਹਾਡੇ ਨੋਟ ਕਰਨ ਵਾਲੇ ਹੈ ਸਮਝਣ ਵਾਲੇ ਹੈ ਐਕਚੁਅਲ ਦੇ ਵਿੱਚ ਕੀ ਸੀ ਬ੍ਰਿਟਿਸ਼ਰ ਨੇ ਸੈਂਟਰ ਦੇ ਵਿੱਚ ਰੱਖਿਆ ਸੀ ਜ਼ਿਮੀਂਦਾਰ ਬ੍ਰਿਟਿਸ਼ਰ ਨੇ ਕੀ ਕੀਤਾ ਬ੍ਰਿਟਿਸ਼ਰ ਵਰਕ ਐਸ ਇੰਟਰਮੀਡੀਏਟ ਕਿੰਨੇ ਕਿੰਨੇ ਵਿੱਚ ਜ਼ਿਮੀਂਦਾਰ ਸੋਰੀ ਵਰਕ ਐਸ ਇੰਟਰਮੀਡੀਏਟ ਤਾਂ ਜਿਹੜਾ ਜ਼ਿਮੀਂਦਾਰ ਹੈ ਉਹ ਇੰਟਰਮੀਡੀਏਟ ਵਰਕ ਕਰ ਰਿਹਾ ਬ੍ਰਿਟਿਸ਼ਰ ਨੇ ਜ਼ਿਮੀਂਦਾਰ ਨੂੰ ਰੱਖਿਆ ਹੈ ਅਤੇ ਜ਼ਿਮੀਂਦਾਰ ਨੇ ਉਹ ਕੰਮ ਕੀ ਕਰਨਾ ਪੀਜ਼ੈਂਟ ਨੂੰ ਜਿਹੜਾ ਉਹ ਟੈਕਸ ਕਲੈਕਟ ਕਰਨਾ ਹੁਣ ਇਹ ਕਿਵੇਂ ਵਰਕ ਕਰਦਾ ਸੀ ਜਸਟ ਸਮਝੋ ਸਪੋਜ਼ ਕਰੋ ਤੁਹਾਡੇ ਕੋਲ ਕਿਸੇ ਵੀ ਪਰਸਨ ਕੋਲ ਨਾ ਇੱਕ ਛੋਟਾ ਜਿਹਾ ਲੈਂਡ ਦਾ ਉਹਨੇ ਟੁਕੜਾ ਲੈ ਲਿਆ ਉਹ ਕੀ ਕਰੇਗਾ ਕਿਸਾਨ ਨੂੰ ਕੀ ਕਹੇਗਾ ਕਿਸਾਨ ਤੋਂ ਉਹਨੇ ਟੁਕੜਾ ਲੈ ਲਿਆ ਕਿਸਾਨ ਨੂੰ ਕੀ ਕਹੇਗਾ ਕਿ ਤੂੰ ਜਿਹੜਾ ਖੇਤ ਵਾਹ ਰਿਹਾ ਉਹਦਾ ਮਾਲਕੀਅਤ ਮੇਰੇ ਕੋਲ ਹੈ ਤੂੰ ਜਸਟ ਖੇਤ ਨੂੰ ਵਾਹੁਣਾ ਹੈ ਮਤਲਬ
ਮਾਲਕ ਚਾਹੇ ਠੀਕ ਹੈ ਕਿਸਾਨ ਹੀ ਰਹੇਗਾ, ਪੀਜੈਂਟ ਹੀ ਰਹੇਗਾ, ਲੇਕਿਨ ਉਹ ਕੀ ਕਹੇਗਾ ਕਾਗਜ਼ਾਂ ਦੇ ਵਿੱਚ ਕੀ ਸ਼ੋ ਕਰੇਗਾ ਕਿ ਟੈਕਸ ਕਲੈਕਟ ਕਰਨ ਦੀ ਮਾਲਕੀਅਤ ਮੇਰੇ ਕੋਲ ਹੈ। ਹੁਣ ਉਹ ਕਰੇਗਾ ਕਿ ਜਿੰਨੀ ਵੀ ਕਲੈਕਸ਼ਨ ਹੋਏਗੀ ਉਹਨੂੰ ਕੀ ਕੀਤਾ ਗਿਆ, ਉਹਦਾ ਕੁਝ ਫਿਕਸ ਅਮਾਊਂਟ ਸੈੱਟ ਕਰ ਦਿੱਤਾ ਗਿਆ, ਜਿਹਦੇ ਵਿੱਚੋਂ ਕੀ ਕਿਹਾ ਗਿਆ ਵੀ ਜਿੰਨੀ ਵੀ ਕਲੈਕਸ਼ਨ ਹੋ ਰਹੀ ਹੈ ਖੇਤ ਦੇ ਵਿੱਚੋਂ, ਉਹਦੇ ਚੋਂ ਅਗਰ ਮੰਨ ਲਓ 11 ਪਾਰਟਸ ਦੇ ਵਿੱਚ ਉਹਨਾਂ ਨੇ ਨਾ ਕੀ ਕੀਤਾ ਇਹਨੂੰ ਡਿਵਾਈਡ ਕਰਤਾ। 11 ਪਾਰਟਸ 'ਚ ਡਿਵਾਈਡ ਕਿਵੇਂ ਕੀਤਾ ਕਿ ਜਿੰਨੀ ਵੀ ਕਲੈਕਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਜਿਹੜੇ 11 ਪਾਰਟ ਹੋਣਗੇ ਉਹਦੇ ਵਿੱਚੋਂ 1/11 ਹਿੱਸਾ ਤਾਂ ਲੈ ਜਾਏਗਾ ਜ਼ਿਮੀਂਦਾਰ, ਠੀਕ ਹੈ, 1/11 ਹਿੱਸਾ ਜਿਹੜਾ ਲੈ ਜਾਏਗਾ ਉਹ ਜ਼ਿਮੀਂਦਾਰ ਲੈ ਜਾਏਗਾ, ਅਤੇ 10/11 ਹਿੱਸਾ ਕੀ ਹੈ ਉਹ ਬ੍ਰਿਟਿਸ਼ਰ ਨੂੰ ਦੇ ਦੇਗਾ। ਤਾਂ ਕੁਸ਼ਚਨ ਰਾਈਜ਼ ਹੁੰਦਾ ਹੈ ਕਿ ਪੀਜ਼ੈਂਟ ਕੋਲ ਕੀ ਬਚਿਆ, ਹੈ ਨਾ, ਪੀਜ਼ੈਂਟ ਪੀਜ਼ੈਂਟ ਜਿਹੜਾ ਕਿਸਾਨ ਹੈ ਨਾ, ਜਿਹੜਾ ਜਿਹੜਾ ਇਸ ਖੇਤ ਦੀ ਜਿਹਦੇ ਕੋਲ ਮਾਲਕੀਅਤ ਹੈ, ਟੈਕਸ ਦੀ ਮਾਲਕੀਅਤ ਜ਼ਿਮੀਂਦਾਰ ਕੋਲ, ਤਾਂ ਜਿਹੜਾ ਕਿਸਾਨ ਹੈ ਪੀਜ਼ੈਂਟ ਹੈ ਤਾਂ ਉਹਨੂੰ ਬੜਾ ਛੋਟਾ ਜਿਹਾ ਪਰਸੈਂਟ ਮਿਲਦਾ ਹੁੰਦਾ ਸੀ। ਤਾਂ ਇਸ ਸਿਸਟਮ ਦੇ ਵਿੱਚ ਪਹਿਲੀ ਗੱਲ ਇਹ ਹੈ ਕਿ ਕਿੰਨੇ ਪਰਸੈਂਟ ਸ਼ੇਅਰ ਜਿਹੜਾ ਸੀ ਨਾ, ਤਾਂ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜਾ ਇਹ ਸ਼ੇਅਰ ਸੀ ਇਹ ਲਗਭਗ 19% ਸ਼ੇਅਰ ਸੀ ਪੂਰੇ ਇੰਡੀਆ ਦਾ ਜਿੱਥੇ ਇਹ ਸਿਸਟਮ ਲੱਗਾ ਸੀ, 19% ਹਿੱਸੇ ਦੇ। ਤਾਂ ਜਿਹੜਾ ਕਿਸਾਨ ਹੁੰਦਾ ਸੀ ਕਿਸਾਨ ਕੋਲ ਬੜਾ ਥੋੜ੍ਹਾ ਜਿਹਾ ਹਿੱਸਾ ਬਚਦਾ ਸੀ। ਤਾਂ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਇਹਦਾ ਡਰੋਬੈਕ ਕੀ ਸੀ, ਇਹਦਾ ਡਰੋਬੈਕ ਸਭ ਤੋਂ ਵੱਡਾ ਡਰੋਬੈਕ ਇਹ ਸੀ ਕਿ ਬ੍ਰਿਟਿਸ਼ਰ ਨੂੰ ਨਹੀਂ ਪਤਾ ਕਿ ਪੀਜ਼ੈਂਟ ਹੈ ਜਿਹੜਾ ਉਹ ਸਹੀ ਢੰਗ ਨਾਲ ਜ਼ਿਮੀਂਦਾਰ ਨੂੰ ਟੈਕਸ ਦੇ ਵੀ ਰਿਹਾ ਹੈ ਕਿ ਨਹੀਂ ਦੇ ਰਿਹਾ, ਹੈ ਨਾ, ਬ੍ਰਿਟਿਸ਼ਰ ਨੂੰ ਨਹੀਂ ਪਤਾ ਵੀ ਹਾਊ ਮੱਚ ਟੈਕਸ ਬੀਂਗ ਕਲੈਕਟਿਡ। ਹੁਣ ਇਹਦੇ ਵਿੱਚ ਨਾ ਟਰਾਂਸਪੇਰੈਂਸੀ ਨਹੀਂ ਸੀ, ਬਿਲਕੁਲ ਟਰਾਂਸਪੇਰੈਂਸੀ ਨਹੀਂ ਹੈਗੀ, ਮਤਲਬ ਪਤਾ ਹੀ ਨਹੀਂ ਬ੍ਰਿਟਿਸ਼ਰ ਨੂੰ ਵੀ ਕੀ ਹੋ ਰਿਹਾ। ਜਸਟ ਉਹਨਾਂ ਨੂੰ ਇਹ ਹੁੰਦਾ ਸੀ ਵੀ ਸਾਡਾ 1/1 ਜਿਹੜਾ 11 ਹਿੱਸਾ ਤੂੰ ਰੱਖ ਲਿਆ ਅਤੇ ਸਾਡਾ 10/11 ਹਿੱਸਾ ਸਾਨੂੰ ਮਿਲਣਾ ਚਾਹੀਦਾ, ਦੈਟਸ ਆਲ। ਉਹ ਕਿਵੇਂ ਮਰਜ਼ੀ ਉਹ ਲਿਆ ਕੇ ਦੇਵੇ, ਉਹ ਉਹਦੀ ਮਰਜ਼ੀ ਹੁੰਦੀ ਸੀ, ਲੇਕਿਨ ਉਹਨੂੰ ਉਹ ਜਿਹੜਾ 10/11 ਹਿੱਸਾ ਨਾ ਉਹ ਬ੍ਰਿਟਿਸ਼ਰ ਨੂੰ ਦੇਣਾ ਹੀ ਪੈਂਦਾ ਸੀ। ਆਈ ਹੋਪ ਕਿ ਤੁਸੀਂ ਸਮਝ ਗਏ। ਨੈਕਸਟ ਸਿਸਟਮ ਸੀ, ਨੈਕਸਟ ਸਿਸਟਮ ਦੀ ਗੱਲ ਆਪਾਂ ਜੇ ਕਰੀਏ ਸਟੂਡੈਂਟ, ਤਾਂ ਨੈਕਸਟ ਸਿਸਟਮ ਹੈ ਜਿਹੜਾ ਰਿਓਤਵਾਰੀ ਸਿਸਟਮ। ਰਿਓਤਵਾਰੀ ਸਿਸਟਮ ਹੈ ਜਿਹੜਾ ਉਹ ਕਿੱਥੇ ਇੰਟਰੋਡਿਊਸ ਕੀਤਾ ਗਿਆ ਸੀ, ਬੋਂਬੇ ਅਤੇ ਮਦਰਾਸ ਦੇ ਵਿੱਚ। ਹੁਣ ਤੁਸੀਂ ਦੇਖੋ ਜੇ ਆਪਾਂ ਮੈਪ ਦੀ ਗੱਲ ਕਰੀਏ ਤਾਂ ਪਹਿਲਾਂ ਆਪਾਂ ਕੀ ਦੇਖਿਆ ਵੀ ਈਸਟ ਸੀ, ਹੁਣ ਇਹਨਾਂ ਨੇ ਸਾਊਥ 'ਤੇ ਲਗਾਤਾ ਤਾਂ ਬੋਂਬੇ ਅਤੇ ਮਦਰਾਸ 'ਚ ਆ ਗਿਆ। ਇਹਦੇ ਵਿੱਚ ਕੀ ਸੀਗਾ, ਇੰਟਰੋਡਿਊਸ ਕਿਹਦੇ ਦੁਆਰਾ ਕੀਤਾ ਗਿਆ ਸੀ, ਥੋਮਸ ਮੁਨਰੋ ਦੁਆਰਾ। ਉਹ ਰੀਕਮੈਂਡ ਕਿਹਨੇ ਕੀਤਾ ਸੀ ਇਹਨੂੰ, ਚਾਰਲਸ ਰੀਡ ਨੇ ਇਹਨੂੰ ਰੀਕਮੈਂਡ ਕੀਤਾ ਸੀ। ਰੀਡ ਜੀ ਨੇ ਰਿਓਤ ਵਾਰੀ ਸਿਸਟਮ ਨੂੰ ਰੀਡ ਕੀਤਾ। ਰਿਓਤ ਦਾ ਮਤਲਬ ਹੁੰਦਾ ਸੀ ਕਲਟੀਵੇਟਰ। ਹੁਣ ਇਹਦੇ ਵਿੱਚ ਸਿਰਫ ਬ੍ਰਿਟਿਸ਼ ਤੇ ਰਿਓਤ ਹੈ, ਇਹਦੇ ਵਿੱਚ ਕੋਈ ਵੀ ਥਰਡ ਪਰਸਨ ਨਹੀਂ ਹੈਗਾ। ਤਾਂ ਦੇਰ ਇਜ਼ ਨੋ ਇੰਟਰਮੀਡੀਏਟ ਬਿਟਵੀਨ ਬ੍ਰਿਟਿਸ਼ ਐਂਡ ਕਲਟੀਵੇਟਰ। ਡਾਇਰੈਕਟ ਕਲਟੀਵੇਟਰ ਜਿਹੜਾ ਉਹ ਟੈਕਸ ਪ੍ਰੋਵਾਈਡ ਕਰਾ ਦਿੰਦਾ ਸੀ ਬ੍ਰਿਟਿਸ਼ਰ ਨੂੰ ਜਿੰਨਾ ਵੀ ਟੈਕਸ ਹੁੰਦਾ ਸੀ। ਹੁਣ ਇਹ ਫਿਕਸ ਕਿਵੇਂ ਕੀਤਾ ਗਿਆ ਸੀ ਇਹਨੂੰ ਪਲੀਜ਼ ਨੋਟ ਕਰਿਓ, ਇੰਪੋਰਟੈਂਟ ਪੁਆਇੰਟ। ਜਿੱਥੇ ਡਰਾਈ ਲੈਂਡ ਹੁੰਦੀ ਸੀ ਉੱਥੇ 50% ਸ਼ੇਅਰ ਦੇਣਾ ਹੁੰਦਾ ਸੀ ਉਸ ਕਲਟੀਵੇਟਰ ਨੇ ਬ੍ਰਿਟਿਸ਼ਰ ਨੂੰ, ਔਰ ਜਿੱਥੇ ਇਰੀਗੇਟਿਡ ਲੈਂਡ ਹੈ ਉਹਦਾ 60%। ਸਪੋਜ਼ ਕਰੋ 1000 ਰੁਪਇਆ ਉਸ ਟਾਈਮ ਦਾ, 1000 ਰੁਪਇਆ ਕਮਾਈ ਹੋਈ ਖੇਤ ਦੇ ਵਿੱਚੋਂ, ਦੈਨ 500 ਰੁਪਇਆ ਡਰਾਈ ਲੈਂਡ ਦਾ ਔਰ 600 ਰੁਪਇਆ ਇਰੀਗੇਟਿਡ ਲੈਂਡ ਦਾ ਉਹਨਾਂ ਨੂੰ ਦੇਣਾ ਹੁੰਦਾ ਸੀ। ਔਰ ਇੰਪੋਰਟੈਂਟ ਪੁਆਇੰਟ ਕੀ ਹੈ, ਇੱਥੇ ਕੋਈ ਵੀ ਮਿਡਲਮੈਨ ਨਹੀਂ ਹੈਗਾ। ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਕਿ ਮਿਡਲਮੈਨ ਹੈ ਜਿਹੜਾ ਜ਼ਿਮੀਂਦਾਰ ਮਿਡਲਮੈਨ ਹੈ ਕਿਹਨਾਂ ਕਿਹਨਾਂ ਦੇ ਵਿੱਚ, ਪੀਜ਼ੈਂਟ ਵਿੱਚ ਔਰ ਬ੍ਰਿਟਿਸ਼ਰ ਦੇ ਵਿੱਚ। ਔਰ ਇਹ ਲਗਭਗ ਪੂਰੇ ਇੰਡੀਆ ਦਾ ਜਾਂ ਪੂਰੇ ਬ੍ਰਿਟਿਸ਼ ਰੂਲ ਦਾ 51% ਹਿੱਸਾ ਸੀ ਜਿੱਥੇ ਕਵਰ ਕੀਤਾ ਗਿਆ ਸੀ। ਜਿਵੇਂ ਜ਼ਿਮੀਂਦਾਰੀ ਪ੍ਰਥਾ ਹੈ ਜਿਹੜੀ ਉਹ 19% 'ਤੇ ਕਵਰ ਕੀਤੀ ਗਈ ਹੈ ਪੂਰੇ, ਔਰ ਜਿਹੜਾ 51% 'ਤੇ ਉਹ ਰਿਓਤ ਵਾਰੀ ਸਿਸਟਮ ਕਵਰ ਕੀਤਾ ਗਿਆ ਸੀ। ਨੈਕਸਟ ਦੇਖਦੇ ਹਾਂ, ਨੈਕਸਟ ਹੈ ਮਹਿਲਵਾਰੀ ਸਿਸਟਮ। ਮਹਿਲਵਾਰੀ ਸਿਸਟਮ ਹੈ ਜਿਹੜਾ ਉਹ ਪੰਜਾਬ ਅਤੇ ਸੈਂਟਰਲ ਇੰਡੀਆ ਦੇ ਵਿੱਚ ਲਾਇਆ ਗਿਆ ਸੀ। ਮਹਿਲਵਾਰੀ ਸਿਸਟਮ ਬੜਾ ਇੰਟਰਸਟਿੰਗ ਸੀ। ਪਹਿਲੀ ਗੱਲ, ਜਿਹੜਾ ਰਿਮੇਨਿੰਗ ਹਿੱਸਾ ਬਚ ਗਿਆ 51 ਅਤੇ 19, 70 ਆਪਣੇ ਕੋਲ ਹੋ ਗਏ, ਔਰ ਜਿਹੜਾ ਬਚਿਆ 30% ਹਿੱਸਾ ਜਿਹੜਾ ਉੱਥੇ ਉਹ ਮਹਿਲਵਾਰੀ ਸਿਸਟਮ ਲੱਗ ਗਿਆ। ਇਹਨੂੰ ਇੰਟਰੋਡਿਊਸ ਕੀਤਾ ਸੀ ਲੋਰਡ ਵਿਲੀਅਮ ਬੈਂਟਿਕ ਨੇ। ਇਹ ਬੜਾ ਇੰਟਰਸਟਿੰਗ ਹੈ। ਇਹਨਾਂ ਦੇ ਵਿੱਚ ਕੀ ਕੀਤਾ, ਉਹਨਾਂ ਨੇ ਜ਼ਿਮੀਂਦਾਰ ਅਤੇ ਰਿਓਤ ਵਾਲੀ ਸਿਸਟਮ ਨੂੰ ਮਿਕਸ ਕਰਤਾ। ਕੀ ਕਰਦੇ ਆ ਉਹ, ਕਹਿੰਦੇ ਆ ਵੀ 2-3 ਪਿੰਡਾਂ ਨੂੰ ਮਿਲਾ ਲਓ ਤੁਸੀਂ, ਵਿਲੇਜਸ ਨੂੰ ਮਿਲਾ ਲਓ, ਉਹਨਾਂ ਦੀ ਲੈਂਡ ਇਕੱਠੀ ਵੇਖ ਲਓ ਕਿੰਨੀ ਕਿੰਨੀ ਬਣ ਰਹੀ ਹੈ। ਉਹਨੂੰ ਉਹਨਾਂ ਨੇ ਨਾਮ ਦਿੱਤਾ ਮਹਿਲ ਦਾ, ਵੀ ਇੱਕ ਮਹਿਲ ਹੈ, ਇੱਕ ਮੰਡਲ ਕਹਿ ਲਓ, ਇੱਕ ਮਹਿਲ ਕਹਿ ਲਓ। ਉਸ ਮਹਿਲ ਦੇ ਉੱਤੇ ਇੱਕ ਪਰਸਨ ਲਾਤਾ, ਇੱਕ ਵਿਲੇਜ ਕਮੇਟੀ ਬਣਾ ਤੀ, ਇੱਕ ਲੈਂਡ ਲੋਰਡ ਰੱਖਤਾ, ਇੱਕ
ਪਰਸਨ ਰੱਖਤਾ, ਮਹਿਲ ਕਮੇਟੀ ਰੱਖਤੀ ਜਿੰਨੇ ਇਹਨਾਂ ਤੋਂ ਟੈਕਸ ਕਲੈਕਟ ਕਰਨੇ। ਹੁਣ ਉਹ ਕੀ ਕਰੇਗਾ, ਉਹ ਜਿਹੜਾ ਸਾਰੇ ਉਸ ਖੇਤ ਦੀ ਨਿਗਰਾਨੀ ਕਰੇਗਾ ਕਿ ਕਿੰਨਾ ਟੈਕਸ ਹੈ ਨਾ, ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ। ਉਸ ਟਾਈਮ 'ਤੇ ਕੋਈ ਪ੍ਰੋਡਕਸ਼ਨ ਵੀ ਜ਼ਿਆਦਾ ਨਹੀਂ ਹੁੰਦੀ ਹੁੰਦੀ ਸੀ, ਤਾਂ ਜਸਟ ਇਹ ਹੁੰਦਾ ਸੀ ਕਿ ਬ੍ਰਿਟਿਸ਼ਰ ਨੂੰ ਹੁੰਦਾ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਜੇ ਟੈਕਸ ਲੈਣਾ ਹੈ ਤਾਂ ਸਾਨੂੰ ਟੈਕਸ ਮਿਲਣਾ ਚਾਹੀਦਾ, ਕਿਵੇਂ ਮਰਜ਼ੀ ਹੋਵੇ। ਅਗਰ ਟੈਕਸ ਨਹੀਂ ਮਿਲ ਰਿਹਾ ਤਾਂ ਅਸੀਂ ਕੀ ਕਰਾਂਗੇ, ਜਿਹੜੀ ਜ਼ਮੀਨ ਹੈ ਉਹ ਉਸ ਕਿਸਾਨ ਦੀ, ਉਹ ਜ਼ਮੀਨ ਅਸੀਂ ਆਪ ਰੱਖ ਲਾਂਗੇ। ਤਾਂ ਮੇਨ ਉਹਨਾਂ ਦਾ ਟਾਰਗੇਟ ਇਹ ਹੁੰਦਾ ਸੀ ਕਿ ਅਗਰ ਇਹ ਨਹੀਂ ਦੇ ਪਾਇਆ ਤਾਂ ਅਸੀਂ ਇਹਨਾਂ ਦੀ ਜ਼ਮੀਨ ਆਪਣੇ ਆਪ ਜਿਹੜੀ ਆ ਉਹ ਅਸੀਂ ਰੱਖ ਲਾਂਗੇ। ਅੱਛਾ, ਹੁਣ ਜਿਹੜੀ ਚੀਜ਼ ਸਮਝਣ ਵਾਲੀ ਇੱਥੇ, ਪਹਿਲੀ ਚੀਜ਼ ਇਹ ਹੋ ਗਈ ਵੀ ਇਹਨਾਂ ਨੇ ਦੋ ਤਿੰਨ ਵਿਲੇਜ ਇਕੱਠੇ ਕਰ ਲਏ, ਉਹਨਾਂ ਦੇ ਉੱਤੇ ਇੱਕ ਮਹਿਲ ਬਣਾ ਕੇ ਰੱਖਤਾ, ਮਹਿਲ ਦੀ ਸਾਰੀ ਜ਼ਿੰਮੇਵਾਰੀ ਵਿਲੇਜ ਕਮੇਟੀ ਨੂੰ ਦਿੱਤੀ, ਇੱਕ ਲੈਂਡਲੋਰਡ ਨੂੰ ਦਿੱਤੀ, ਜਾਂ ਇੱਕ ਮਹਿਲ ਕਮੇਟੀ ਨੂੰ ਦਿੱਤੀ, ਜਿਹੜਾ ਹਨਾ ਜਿਹੜਾ ਕਿ ਬ੍ਰਿਟਿਸ਼ਰ ਨੂੰ ਟੈਕਸ ਹੈ ਜਿਹੜਾ ਦਿੰਦਾ ਸੀ। ਤਾਂ 3% ਹੋ ਗਏ, ਪਹਿਲਾਂ ਪੀਜ਼ੈਂਟ ਹੈ ਮਤਲਬ ਕਿਸਾਨ ਹੈ, ਫਿਰ ਵਿਲੇਜ ਕਮੇਟੀ ਹੈ, ਫਿਰ ਬ੍ਰਿਟਿਸ਼ਰ ਹੈ, ਤਾਂ ਇਹਦੇ ਵਿੱਚ ਫਿਰ ਅਗੇਨ 3%। ਔਰ ਇਹ ਫਿਕਸ ਕੀਤਾ ਜਾਂਦਾ ਸੀ 30 ਈਅਰ ਲਈ, ਮਤਲਬ ਜਿਹੜਾ ਹੁਣ ਮਹਿਲ ਵਾਰੀ ਸਿਸਟਮ ਹੈ ਨਾ, ਇਹ ਮੋਡੀਫਾਈਡ ਵਰਜ਼ਨ ਹੈ, ਅਤੇ ਫਿਕਸ ਕੀਤਾ ਜਾਂਦਾ ਸੀ 30 ਈਅਰ ਲਈ। ਔਰ ਕਿੰਨੇ ਪਰਸੈਂਟ ਏਰੀਏ 'ਤੇ ਲੱਗਿਆ, 30% ਏਰੀਏ 'ਤੇ ਲੱਗਿਆ। ਆਈ ਹੋਪ ਕਿ ਤੁਹਾਨੂੰ ਅੰਡਰਸਟੈਂਡ ਹੋ ਗਿਆ ਹੋਏਗਾ। ਹੁਣ ਇਸ ਚੀਜ਼ ਨੂੰ ਅਗੇਨ ਇੱਕ ਡਾਇਗਰਾਮ ਦੇ ਥਰੂ ਦੇਖੋ ਕਿ ਡਿਫਰੈਂਟ ਲੈਂਡ ਰੈਵਨਿਊ ਸਿਸਟਮ ਪੋਲਿਸੀਜ਼ ਬਾਏ ਬ੍ਰਿਟਿਸ਼ ਹੈ ਨਾ। ਤਾਂ ਲੈਂਡ ਰੈਵਨਿਊ ਸਿਸਟਮ ਰੀਜ਼ਨ ਕੀ ਹੈ, ਜਿਹੜਾ ਪਰਮਾਨੈਂਟ ਸੈਟਲਮੈਂਟ ਹੈ ਉਹ ਬੰਗੋਲ ਬਿਹਾਰ ਉੜੀਸਾ 'ਚ ਲੱਗਿਆ ਹੈ ਨਾ। ਦੈਨ ਜਿਹੜਾ ਬੰਗੋਲ ਬਿਹਾਰ ਉੜੀਸਾ ਨਾ, ਜਿਹੜਾ ਰੈੱਡ ਨਾਲ ਆ ਕਵਰ ਕੀਤਾ ਹੈ, ਬੰਗੋਲ ਬਿਹਾਰ ਉੜੀਸਾ ਮਤਲਬ 19% ਹਿੱਸਾ ਜਿੱਥੇ ਲੱਗ ਗਿਆ। ਦੈਨ ਰਿਓਤਵਾਰੀ ਸਿਸਟਮ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਸਾਊਥ ਰੀਜਨ ਉਹਨਾਂ ਨੇ ਫੋਕਸ ਕੀਤਾ ਸੀ ਵੀ ਸਾਊਥ ਰੀਜਨ ਦੇ ਵਿੱਚ ਅਸੀਂ ਰਿਓਤਵਾਰੀ ਸਿਸਟਮ ਲਗਾ ਦਾਂਗੇ। ਜਿਹੜਾ ਮਹਿਲਵਾਰੀ ਸਿਸਟਮ ਹੈ ਉਹ ਉਹਨਾਂ ਨੇ ਜਿਹੜਾ ਕੀ ਕਹਿੰਦੇ ਆ ਉਹ ਨੌਰਥ ਵੈਸਟ ਰੀਜਨ ਦੇ ਵਿੱਚ, ਜਿਹੜਾ ਪੰਜਾਬ ਹੋ ਗਿਆ, ਜਿਹੜਾ ਇੱਦਾਂ ਰਾਜਸਥਾਨ ਹੋ ਗਿਆ ਨਾ, ਯੂਪੀ ਤੱਕ ਕੁਝ ਪਾਰਟ ਹੋ ਗਿਆ, ਤਾਂ ਇੱਧਰੋਂ ਸੈਂਟਰਲ ਇੰਡੀਆ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਸਾਰਾ ਕਵਰ ਕਰ ਲਿਆ ਸੀ। ਇਸ ਮੈਪ ਨੂੰ ਯਾਦ ਰੱਖਿਓ, ਤੁਹਾਨੂੰ ਜੇ ਤੁਸੀਂ ਚਾਹੋ ਤਾਂ ਸਕਰੀਨਸ਼ੋਟ ਲੈ ਸਕਦੇ ਹੋ ਆਪਣੇ ਫੋਨ ਦੇ ਵਿੱਚ, ਤੁਹਾਨੂੰ ਯਾਦ ਰਹੇਗਾ, ਬੜਾ ਵਧੀਆ ਇਹਦੇ 'ਚ ਐਕਸਪਲੇਨ ਕੀਤਾ। ਨੈਕਸਟ ਆ ਜਿਹੜਾ ਇੱਕ ਟੇਬਲ ਹੈ, ਟੇਬਲ ਦੇ ਥਰੂ ਵੀ ਤੁਸੀਂ ਯਾਦ ਕਰ ਸਕਦੇ ਹੋ ਵੀ ਸਮਰੀ ਇੱਕ ਦਿੱਤੀ ਅਸੀਂ, ਮੈਂ ਕਲੈਕਟ ਕਰਕੇ ਲੈ ਕੇ ਆਇਆ। ਇਸ ਸਮਰੀ ਦੇ ਥਰੂ ਥੋੜ੍ਹਾ ਯਾਦ ਕਰਨਾ ਸੌਖਾ ਹੋ ਜਾਏਗਾ ਬਈ ਜ਼ਿਮੀਦਾਰੀ ਪ੍ਰਥਾ ਕਦੋਂ ਸ਼ੁਰੂ ਹੋਈ ਹੈ 1793 'ਚ ਨਾ, ਮਹਿਲਵਾਰੀ ਸਿਸਟਮ 1822 ਦੇ ਵਿੱਚ, ਰਿਓਤਵਾਰੀ 1792 ਦੇ ਵਿੱਚ। ਖੀਰ 'ਤੇ ਕੁਸ਼ਚਨ ਘੱਟ ਪੁੱਛਿਆ ਜਾਂਦਾ, ਅਗਰ ਤੁਹਾਡੀ ਮੈਮਰੀ ਅੱਛੀ ਹੈ ਤਾਂ ਤੁਸੀਂ ਇਸਨੂੰ ਯਾਦ ਕਰ ਸਕਦੇ ਹੋ। ਹੁਣ ਇਹਦੇ 'ਚ ਪ੍ਰੋਵੀਜ਼ਨਸ ਆ ਗਿਆ ਵੀ ਕਿਹੜੀ ਕਿਹੜੀ ਜਗ੍ਹਾ 'ਤੇ ਲਗਾਇਆ ਹੋਇਆ, ਬੰਗੋਲ ਬਿਹਾਰ, ਫਿਰ ਅਗੇਨ ਉੜੀਸਾ, ਦੈਨ ਮਹਿਲਵਾਰੀ ਸਿਸਟਮ ਨਾ, ਪੰਜਾਬ, ਅਵਧ ਅਤੇ ਆਗਰਾ, ਸੈਂਟਰਲ ਇੰਡੀਆ ਸਾਰਾ, ਦੈਨ ਰਿਓਤਵਾਰੀ ਸਿਸਟਮ ਆ ਗਿਆ, ਮਦਰਾਸ, ਬੰਬੇ, ਬਿਹਾਰ ਹੈ ਨਾ। ਦੈਨ ਉਸ ਤੋਂ ਬਾਅਦ ਓਨਰਸ਼ਿਪ ਕੀ ਸੀਗੀ ਇਹਦੇ ਵਿੱਚ, ਲੇਟਰ ਅਰਲੀਅਰ ਇੰਡੀਵਿਜੁਅਲ ਨੂੰ ਓਨਰਸ਼ਿਪ ਸੀਗੀ ਅਤੇ ਲੇਟਰ ਜ਼ਿਮੀਦਾਰ ਨੂੰ ਦੇ ਦਿੱਤੀ ਗਈ ਸੀ ਹੋਲ ਵਿਲੇਜ। ਉਸ ਤੋਂ ਬਾਅਦ ਮਹਿਲਵਾਰੀ ਦੇ ਵਿੱਚ ਕੀ ਸੀਗਾ, ਅਤੇ ਉਹਨਾਂ ਨੇ ਵੀ ਵਿਲੇਜ ਇੱਕ ਕਮਿਊਨਿਟੀ ਪਲੇਸ ਬਣਾ ਤਾ। ਰਿਓਤਵਾਰੀ ਦੇ ਵਿੱਚ ਆਪਾਂ ਅੱਗੇ ਵੀ ਗੱਲ ਕੀਤੀ ਹੈ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੀ ਇੰਡੀਵਿਜੁਅਲ ਨੂੰ ਹੀ ਮਿਲੀ ਹੋਈ ਹੈ। ਔਰ ਜਿਹੜਾ ਮੇਨ ਹੈ ਕਲੈਕਟਰ ਕੌਣ ਸੀ ਨਾ, ਜਿਵੇਂ ਮਤਲਬ ਫਸਟ ਜੈਲ ਲੋਰਡ ਕੋਰਨ ਵਾਲੀ ਮੇਨ, ਸੈਕਿੰਡ ਹੈ ਵਿਲੀਅਮ ਬੈਂਟੀ, ਥਰਡ ਥੋਮਸ ਮਨਰੋ। ਥੈਂਕ ਯੂ ਸੋ ਮਚ ਸਟੂਡੈਂਟਸ, ਇਸ ਵੀਡੀਓ ਨੂੰ ਦੇਖਣ ਦੇ ਲਈ ਪਲੀਜ਼ ਡੂ ਲਾਈਕ ਸ਼ੇਅਰ। ਤੁਹਾਨੂੰ ਵੀ ਪਤਾ ਵੀਡੀਓ ਨੂੰ ਬਣਾਉਣ ਦੀ ਬੜੀ ਮਿਹਨਤ ਲੱਗਦੀ ਹੈ, ਅਗਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਇਸਨੂੰ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।